ਬਠਿੰਡਾ ਪੁਲਿਸ ਵੱਲੋਂ ਲਗਾਤਾਰ ਨਸ਼ੇ ਔਰ ਨਸ਼ੇ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਵੀ ਕਾਫੀ ਜਗ੍ਹਾ ਤੇ ਪ੍ਰਾਪਰਟੀ ਨੂੰ ਸੀਜ਼ ਕੀਤਾ ਗਿਆ ਇਸ ਵੀ ਨਥਾਣਾ ਖੜਾ ਮੈ ਤੁਸੀਂ ਵੇਖ ਲਓ ਤਸਵੀਰਾਂ ਦੇ ਵਿੱਚ ਕਿ ਅੱਜ ਵੀ ਪ੍ਰਾਪਰਟੀ ਹੈ ਉਹ ਪੁਲਿਸ ਵੱਲੋਂ ਸੀਜ਼ ਕੀਤੀ ਗਈ ਹੈ ਹਾਲਾਂਕਿ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਪੁਲਿਸ ਹੈ ਉਹ ਲਗ ਲਗ ਤਰੀਕੇ ਦੇ ਨਾਲ ਕਾਰਵਾਈ ਕਰ ਰਹੀ ਹੈ ਕਈ ਜਗਾਵਾਂ ਦੇ ਉੱਪਰ ਪ੍ਰਾਪਰਟੀ ਨੂੰ ਫ੍ਰੀਜ਼ ਕੀਤਾ ਗਿਆ ਹੈ ਅੱਜ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਨਥਾਣਾ ਦੀਆਂ ਜਿੱਥੇ ਕਿ ਕੋਧਾ ਡੀਐਸਪੀ ਕਰਦੇਵ ਸਿੰਘ ਢਾਲੀਵਾਲ ਪਹੁੰਚੇ ਨੇ ਉਹਨਾਂ ਦੇ ਨਾਲ ਲੋਕਲ ਇਨਸਪੈਕਟਰ ਨੇ ਸੰਦੀਪ ਸਿੰਘ ਭਾਰਤੀ ਗੁਰਪ੍ਰੀਤ ਸਿੰਘ ਪਹੁੰਚੇ ਨੇ ਕਿਤੇ ਨਾ ਕਿਤੇ ਜਾ ਕੇ ਨਸ਼ਾ ਤਸਕਰਾਂ ਦਾ ਲੱਕ ਤੋੜਨ ਦੀ ਕੋਸ਼ਿਸ਼ ਆ ਪੁਲਿਸ ਵੱਨਿਓ ਕੀਤੀ ਜਾ ਰਹੀ ਹੈ ਅੱਜ ਵੀ ਇੱਕ ਘਰ ਨੂੰ ਸੀਜ਼ ਕੀਤਾ ਗਿਆ ਪੁੱਛਦੇ ਕਿੰਨੀ ਅਨੁਮਾਨਨ ਇਸ ਦੀ ਕੀਮਤ ਹੈ ਤੇ ਅੱਗੇ ਪੁਲਿਸ ਸੁਨੇਹਾ ਕੀ ਦੇਣਾ ਚਾਹੁੰਦੀ ਉਹਨਾਂ ਨਸ਼ਾ ਤਸਕਰਾਂ ਨੂੰ ਜਿੰਪਸਾਪ ਕਿੰਨੇ ਪੈਸੇ ਦੀ ਹੈ ਪ੍ਰਾਪਰਟੀ ਸੀ ਔਰ ਕੀ ਐਲੀਗੇਸ਼ਨ ਜਿੱਸਤੇ ਕਿੰਨੀ ਪ੍ਰਾਪਰਟੀ ਇਹਦੀ ਸੀਜ਼ ਕੀਤੀ ਗਈ ਹੈ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਨੇ ਸਖਤ ਨਸ਼ੇ ਦੇ ਖਿਲਾਫ ਜਿਹੜੇ ਸਮਗਲਰ ਨੇ ਉਹਨਾਂ ਦੇ ਖਿਲਾਫ ਸਖਤ ਸਨੇਹਾ ਤੇ ਸਖਤ ਕਾਰਵਾਈ ਕਰਨੀ ਹੈਗੀ ਹੈ 2019 ਦੇ ਵਿੱਚ 2 ਕੁਇੰਟਲ ਭੁਗੀ ਦਾ ਪਰਚਾ ਦਰਜ ਸੀ ਇਸ ਬੰਦੇ ਤੇ ਉਸ ਤੋਂ ਬਾਅਦ ਕਨਵੈਕਸ਼ਨ ਹੋਈ ਇਹਦੀ ਅਪਰੋਕਸੀਮੇਟਲੀ 32-33 ਲੱਖ ਦੀ ਜਿਹੜੀ ਜਾਇਦਾਦ ਆ ਜਿਹਦੇ ਵਿੱਚ ਇਹਦਾ ਮਕਾਨ ਹੈ 25 ਤੋਂ 25-28 ਲੱਖ ਦਾ ਉਸ ਤੋਂ ਬਾਅਦ ਇੱਕ ਮਰੂਤੀ ਆ ਮੋਟਰਸਾਈਕਲ ਹੈ ਤੇ ਜਿਹੜੇ ਬੈਂਕ ਅਕਾਊਂਟ ਦੀ ਜਿਹੜੀ ਹੈਗੀ ਆ ਉਹਦੀ ਡਿਟੇਲ ਉਹ ਪ੍ਰੋਪਰ ਫ੍ਰੀਜ਼ ਕੀਤੀ ਗਈ ਆ ਉਹ ਜਿਹੜਾ ਜਿਹੜੀ ਕੰਪੀਟਿਟਰ ਅਥਾਰਟੀ ਆ ਉਹ ਤੋਂ ਆਰਡਰ ਲੈ ਕੇ ਅਸੀਂ ਜਿਹੜੀ ਇਹਦੀ ਜਿਹੜੀ ਪ੍ਰੋਪਰਟੀ ਆ ਉਹ ਸੀਜ਼ ਕਰਤੀ ਆ ਇਹ ਨੂੰ ਇਹਨੂੰ ਵੇਚ ਨਹੀਂ ਸਕਦਾ ਇਹਨੂੰ ਅੱਗੇ ਕਿਤੇ ਕੀ ਲੱਗਦਾ ਕਿ ਕਿੰਨਾ ਵੱਡਾ ਸੁਨੇਹਾ ਉਹਨਾਂ ਲੋਕਾਂ ਤੱਕ ਪਹੁੰਚੇਗਾ ਜਿਨ੍ਹਾਂ ਨੇ 2 ਨੰਬਰ ਦੇ ਪੈਸੇ ਦੇ ਨਾਲ ਜਾਂ ਡਰੱਗਸ ਦੇ ਨਾਲ ਇਸ ਤਰ੍ਹਾਂ ਦੀ ਪ੍ਰੋਪਰਟੀ ਬਣਾਈ ਹੈਗੀ ਹਾਂਜੀ ਇਹ ਇੱਕ ਬੜਾ ਵੱਡਾ ਸੰਦੇਸ਼ ਆ ਔਰ ਬੜੀ ਵੱਡੀ ਐਗਜ਼ਾਮਪਲ ਹੈਗੀ ਹੈ ਲੋਕਾਂ ਨੂੰ ਇਸ ਚੀਜ਼ ਦਾ ਸਬਕ ਸਿੱਖਣਾ ਚਾਹੀਦਾ ਅਗਰ ਅਸੀਂ ਮਾੜੇ ਧੰਦੇ 'ਚ ਪਾ ਕੇ ਇਦਾਂ ਦੀ ਕੋਈ ਪ੍ਰਾਪਰਟੀ ਬਣਾਵਾਂਗੇ ਤਾਂ ਉਹ ਉਹਨੂੰ ਛੁਪਾ ਨਹੀਂ ਸਕਦੇ ਕਾਨੂੰਨ ਦਾ ਦਾਇਰੇ ਬਹੁਤ ਖੁੱਲੇ ਆ ਵੱਡੇ ਆ ਤੇ ਅਖੀਰ ਨੂੰ ਉਹ ਜਿਹੜੀ ਪ੍ਰਾਪਰਟੀ ਆ ਉਹ ਜ਼ਬਤ ਹੋ ਜਾਏਗੀ ਜਿਹੜੀ ਦੋ ਦੋ ਨੰਬਰ ਦੇ ਕੰਮ ਦੀ ਬਣਾਈ ਹੋਈ ਪ੍ਰਾਪਰਟੀ ਖਾਸ ਕਰਕੇ ਸਮਗਲ ਦੇ ਕੰਮਾਂ ਤੋਂ ਬਣਾਈ ਹੋਈ ਪ੍ਰਾਪਰਟੀ ਇਨਸਪੈਕਟਰ ਗੁਰਪ੍ਰੀਤ ਨੇ ਜਿਹੜੇ ਪੂਰੀ ਸਿਸਟਮ ਨੂੰ ਦੇਖ ਰਹੇ ਗੁਰਪ੍ਰੀਤ ਇਸ ਤੋਂ ਪਹਿਲਾਂ ਵੀ ਕਾਫੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਹੈ ਪਹਿਲਾਂ ਤਾਂ ਨੰਬਰ ਆਫ ਕਿੰਨੇ ਹੋਗੇ ਕਿੰਨੀ ਪ੍ਰਾਪਰਟੀ ਫ੍ਰੀਜ਼ ਕਰ ਚੁੱਕੇ ਆ ਔਰ ਅੱਜ ਵਾਲੀ ਦਾ ਕੀ ਸਿਸਟਮ ਹੈ ਸਾਡੇ ਪੰਜਾਬ ਗਵਰਨਮੈਂਟ ਦੀਆਂ ਉਹ ਡੀਜੀਪੀ ਸਾਹਿਬ, ਉਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਹਰਮਨ ਬੀ ਸਿੰਘ ਜੀ ਗੱਲ ਬਠਿੰਡਾ ਦੀਆਂ ਸਖਤ ਹਦਾਇਤਾਂ ਤੇ ਅਸੀਂ ਇਹ ਤੋਂ ਪਹਿਲਾਂ 29 ਕੇਸ ਕੰਪੀਟੈਂਟ ਅਥਾਰਟੀ ਨੂੰ ਭੇਜ ਚੁੱਕੇ ਹਾਂ ਜਿਨ੍ਹਾਂ 'ਚੋਂ ਸਾਡੇ 17 ਕੇਸ ਜਿਹੜੇ ਹੈਗੇ 18 ਫ੍ਰੀਜ਼ ਹੋ ਚੁੱਕੇ ਆ ਲੇਕਿਨ ਅਪਰੋਕਸੀਮੇਟਲੀ ਅਸੀਂ 2.5 ਤੋਂ 3 ਕਰੋੜ ਦੀ ਜਿਹੜੀ ਪ੍ਰਾਪਰਟੀ ਉਹ ਫ੍ਰੀਜ਼ ਕਰਾ ਚੁੱਕੇ ਹਾਂ ਬਾਕੀ ਕੇਸ ਸਾਡੇ ਉਹਨਾਂ ਕੋਲੇ ਪੈਂਡਿੰਗ ਹੈਗੇ ਲੇਕਿਨ ਉਹ ਵੀ ਸਾਡੇ ਟਾਈਮ ਟੂ ਟਾਈਮ ਕੇਸ ਜਲਦੀ ਆ ਜਾਣੇ ਆ ਕੋਸ਼ਿਸ਼ ਇਹੋ ਜੀਆਂ ਪ੍ਰਾਪਰਟੀਆਂ ਅਸੀਂ ਆਈਡੈਂਟੀਫਾਈ ਕੀਤੀਆਂ ਪਿਓ ਪੁਰਾਣੇ ਕੇਸਾਂ ਰਿਆਂ ਪਿਛਲੇ 3-4 ਸਾਲਾਂ ਚੋ ਜਿਨ੍ਹਾਂ ਦੀ ਮਤਲਬ ਕੋਈ 10 ਕਿੱਲੇ ਜ਼ਮੀਨ ਆ ਕੋਈ ਹੋਰ ਮਤਲਬ ਜਿਨ੍ਹਾਂ ਨੇ ਚੰਗਾ ਪੈਸਾ ਮਤਲਬ ਜਿਹੜਾ ਕਮਾਇਆ ਹੈਗਾ ਉਹ ਅਸੀਂ ਜਿਹੜਾ ਹੈਗਾ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਉਹ ਵੈਰੀਫਾਈ ਕਰਕੇ ਉਹਨਾਂ ਦੇ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਨੂੰ ਭੇਜ ਰਹੇ ਆ ਤੇ ਉਹਨਾਂ ਨੂੰ ਵੀ ਅਸੀਂ ਮਤਲਬ ਜਿਹੜਾ ਹੈਗਾ ਜਲਦੀ ਫ੍ਰੀਜ਼ ਕਰਾਇਆ ਜਾਊਗਾ ਇੱਕ ਉਠੀ ਕਿੱਡੀ ਕੇ ਕਿੰਨੀ ਕੀਮਤੀ ਹੋਊਗੀ ਜੇ ਡਿਪਟਾ ਸਾਹਿਬ ਵੀ ਦੱਸ ਰਹੇ ਸੀ ਕਿ ਕਿਤੇ ਨਾ ਕਿਤੇ ਲੱਖ ਤੋੜਨੀ ਕੋਸ਼ਿਸ਼ ਕੀਤੀ ਜਾ ਰਹੀ ਉਹਨ ਲੇਕਿਨ ਇਹਦੀ ਜਿਹੜੀ ਐਕਚੁਅਲੀ ਅਸੀਂ ਵੈਲਿਊ ਪਾਉਣੇ ਆ ਉਹਦੇ ਮੁਤਾਬਕ ਤਾਂ ਚਲੋ ਸਰਕਾਰੀ ਵੈਲਿਊ ਹੁੰਦੀ ਲੇਕਿਨ ਇਹ ਕਰੋੜਾਂ ਦੀ ਪ੍ਰਾਪਰਟੀ ਆ ਕਿਉਂਕਿ ਸ਼ਹਿਰ ਦੇ ਵਿੱਚ ਪ੍ਰਾਈਮ ਪ੍ਰਾਪਰਟੀਆਂ ਹੈ ਇਹਨਾਂ ਦੀਆਂ ਲੇਕਿਨ ਇਹਨਾਂ ਨੂੰ ਵੇਖ ਕੇ ਇੱਕ ਪੰਜਾਬ ਗਵਰਨਮੈਂਟ ਦਾ ਜਾਂ ਪੰਜਾਬ ਪੁਲਿਸ ਦਾ ਜਾਂ ਬਠਿੰਡਾ ਪੁਲਿਸ ਦਾ ਜਿਹੜਾ ਅਸੀਂ ਇਹ ਉਪਰਾਲਾ ਕਰ ਰਹੇ ਆ ਇਹਦੇ ਨਾਲ ਇੱਕ ਬਹੁਤ ਚੰਗਾ ਮੈਸੇਜ ਆਂਦਾ ਕਿਉਂਕਿ ਜਦੋਂ ਤੁਸੀਂ ਪਿਛਲੇ ਦਿਨਾਂ ਤੋਂ ਕਾਫੀ ਟਾਈਮ ਤੋਂ ਮੀਡੀਆ ਵੀ ਸਾਡੇ ਨਾਲ ਹੀ ਇਹ ਕਵਰ ਕਰ ਰਿਹਾ ਲੇਕਿਨ ਉਸ ਚੀਜ਼ ਦਾ ਇਹ ਮੈਸੇਜ ਆਂਦਾ ਵੀ ਜਦੋਂ ਇੱਕ ਦਾ ਘਰ ਜਾਂ ਪ੍ਰਾਪਰਟੀ ਫ੍ਰੀਜ਼ ਹੁੰਦੀ ਹੈ ਤੇ ਲੋਕਾਂ ਨੂੰ ਇਸ ਚੀਜ਼ ਦਾ ਮੈਸੇਜ ਆਂਦਾ ਵੀ ਅਸੀਂ ਇਹੋ ਜਿਹੀ ਅੱਗੇ ਤੋਂ ਕੋਈ ਵੀ ਮਤਲਬ ਨਸ਼ੇ ਦਾ ਕੰਮ ਨਾ ਕਰੀਏ ਜਿਹਦੇ ਕਰਕੇ ਸਾਡੀ ਜਵਾਨੀ ਔਰ ਬੱਚਿਆਂ ਦਾ ਨੁਕਸਾਨ ਹੋ ਰਿਹਾ ਬਿਲਕੁਲ ਪੁਲਿਸ ਹੈ ਨਸ਼ਾ ਤਸਕਰਾਂ ਦੇ ਖਿਲਾਫ ਕਾਫੀ ਹਰਕਤ ਦੇ ਵਿੱਚ ਨਜ਼ਰ ਆ ਰਹੀ ਹੈ 18 ਦੇ ਕਰੀਬ ਇਸ ਤਰ੍ਹਾਂ ਦੇ ਨਸ਼ਾ ਤਸਕਰੀ ਜਿਨ੍ਹਾਂ ਦੀ ਪ੍ਰਾਪਰਟੀ ਨੂੰ ਫ੍ਰੀਜ਼ ਕੀਤਾ ਗਿਆ ਹੈ ਪ੍ਰਾਪਰਟੀ ਵੀ ਕਰੋੜਾ ਰੁਪਏ ਦੱਸੀ ਜਾ ਰਹੀ ਹੈ ਜਿਹੜੇ ਕਿ ਬਠਿੰਡਾ ਦੇ ਨਥਾਣਾ ਕਸਬੇ ਦੇ ਵਿੱਚ ਹੋਰ ਪੁਲਿਸ ਕੈਰੀ ਅੱਗੇ ਵੀ ਇਸੇ ਤਰ੍ਹਾਂ ਦੀ ਕਾਰਵਾਈ ਹੈ ਉਹ ਲਗਾਤਾਰ ਜਾਰੀ ਰਹੇਗੀ ਨਥਾਣਾ ਤੋਂ ਸੂਰਜਪਾਲ న్యూਸ 18 ਪੰਜਾਬ